ਤਾਂ ਦੋਸਤੋ ਹੁਣ ਖਿੱਚ ਲੋ ਤਿਆਰੀ ਕਿਉਂਕਿ ਫੋਰੈਸਟ ਗਾਰਡ ਦਾ ਜਿਹੜਾ ਐਡਮਿਟ ਕਾਰਡ ਉਹ ਜਾਰੀ ਕਰ ਦਿੱਤਾ ਗਿਆ ਇਹ ਉਹਨਾਂ ਦੀ ਆਫੀਸ਼ੀਅਲ ਵੈਬਸਾਈਟ ਹੈ ਤੇ ਟੀਪੀਐਸਐਸਬੀ ਬੋਰਡ ਦੀ ਆਫੀਸ਼ੀਅਲ ਵੈਬਸਾਈਟ ਹੈ ਇਸ ਦਾ ਲਿੰਕ ਤੁਹਾਨੂੰ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ ਕਰਨਾ ਕੀ ਹੈ ਲਿੰਕ ਤੇ ਕਲਿੱਕ ਕਰਨਾ ਅਤੇ ਆਪਣੇ ਮੋਬਾਈਲ ਵਿੱਚ ਬ੍ਰਾਊਜ਼ਰ ਹੈ ਜਿਹੜਾ ਕ੍ਰੋਮ ਬ੍ਰਾਊਜ਼ਰ ਹੈ ਉਸ ਦਾ ਡੈਸਕਟਾਪ ਸਾਈਟ ਵਰਜ਼ਨ ਔਨ ਕਰ ਲੈਣਾ ਠੀਕ ਹੈ ਤੇ ਔਨ ਕਰਨ ਤੋਂ ਬਾਅਦ ਇਸ ਤਰ੍ਹਾਂ ਦਾ ਇਹ ਸੇਮ ਚੀਜ਼ ਇੱਥੇ ਆਪਾਂ ਨੂੰ ਦਿਖਾਈ ਦੇਵੇਗੀ ਇਸ ਤੋਂ ਬਾਅਦ ਆਪਾਂ ਕੀ ਕਰਨਾ ਹੈ ਡਾਊਨਲੋਡ ਐਡਮਿਟ ਕਾਰਡ ਐਪਲੀਕੇਸ਼ਨ ਨੰਬਰ ਕਿੱਥੋਂ ਮਿਲੇਗਾ ਤੁਹਾਨੂੰ ਜਿਹੜੀ ਆਪਣੇ ਕੋਲ ਪੇਮੈਂਟ ਸਲਿੱਪ ਹੈ ਜਾਂ ਅਪਲਾਈ ਕੀਤਾ ਸੀ ਉਸ ਦਾ ਜੋ ਵੀ ਆਪਣੇ ਕੋਲ ਡਿਟੇਲ ਹੈਗੀ ਹੈ ਨਾ ਉਹ ਉਸ ਦੇ ਸਭ ਤੋਂ ਉੱਪਰ ਲਿਖਿਆ ਹੁੰਦਾ ਹੈ ਇਹ ਐਪਲੀਕੇਸ਼ਨ ਨੰਬਰ ਠੀਕ ਹੈ ਇਹ ਐਪਲੀਕੇਸ਼ਨ ਨੰਬਰ ਹੈ ਇਸ ਨੂੰ ਤੁਸੀਂ ਐਜ਼ ਇਟ ਐਨਾ ਦਿੱਤੇ ਹੋਏ ਪੋਰਟਲ ਉੱਪਰ ਲਿਖ ਦੇਣਾ ਠੀਕ ਹੈ ਡਾਊਨਲੋਡ ਐਡਮਿਟ ਕਾਰਡ ਐਪਲੀਕੇਸ਼ਨ ਨੰਬਰ ਦੇ ਕਰਨ ਤੋਂ ਬਾਅਦ ਇਸ ਤੋਂ ਬਾਅਦ ਇਸ ਤਰ੍ਹਾਂ ਦਾ ਆ ਜਾਏਗਾ ਇੱਥੇ ਆਪਾਂ ਸੇਮ ਡਿਟੇਲ ਫਿਲ ਕਰਨੀ ਹੈ ਤੇ ਡਾਊਨਲੋਡ ਐਡਮਿਟ ਕਾਰਡ ਤੇ ਕਲਿੱਕ ਕਰ ਦੇਵਾਂਗੇ ਡਾਊਨਲੋਡ ਕਰਨ ਤੋਂ ਬਾਅਦ ਇਸ ਤਰ੍ਹਾਂ ਦਾ ਆਪਣਾ ਐਡਮਿਟ ਕਾਰਡ ਹੈ ਜਿਹੜਾ ਹੋ ਰ ਜੇ ਕੋਈ ਦਿੱਕਤ ਆਉਂਦੀ ਹੈ ਤਾਂ ਵੀਡੀਓ ਵਿੱਚ ਕਮੈਂਟ ਕਰਕੇ ਪੁੱਛ ਸਕਦੇ ਹੋ ਐਂਡ ਜੇ ਕੋਈ ਹੈਲਪ ਚਾਹੀਦੀ ਹੈ ਤਾਂ ਇੰਸਟਾਗ੍ਰam ਤੇ ਮੇਰੇ ਨਾਲ ਗੱਲ ਕਰ ਸਕਦੇ ਹੋ